ਸਾਰੇ ਆਪਣੇ ਅੰਦਾਜ਼ ਵਿੱਚ ਪੜੇ। ਯਕੀਨਨ ਸਾਰੇ ਮੁਕਾਮ ਨੇ ਪੇਸ਼ ਕੀਤੀ, ਹਰ ਬੰਦੇ ਮੁਕਾਮ ਪੇਸ਼ ਕਰਨਾ। ਕੱਲ੍ਹ ਤੁਸੀਂ ਈਦ ਦਾ ਕੀ ਜ਼ਿਕਰ ਸੁਣਨਾ? ਈਦ ਉਲ ਫਿਤਰ ਤੱਕ ਜਿਹੜੀ ਮਜਲਿਸ ਚ ਮੈਂ ਸੁਣਦਾ, ਮਾਦਾ ਦਾ ਜ਼ਿਕਰ ਸੁਣਨਾ ਬਹੁਤ ਸੀ। ਇਹ ਰੁਬਿਆ ਜਿਵੇਂ ਈਦ ਟਾਈਮ ਸਹਾਰਾ
ਮੁਕੰਮਲ ਕੀਤੀ ਆਪਣਾ ਕਾਤਲ ਨੂੰ ਜਗਾਇਆ ਆਲਾ ਮੁਸੱਲੇ ਤੇ ਆਇਆ ਇਸ ਜੁਮਲੇ ਤੇ ਅਗਰ ਤੁਹਾਡੀ ਹਾਇ ਨਾ ਦਿਖਦੀ ਫਿਰ ਤੁਹਾਡਾ ਸਾਰਾ ਦਿਨ ਅਰਮਾਨ ਨਾ ਸੀ ਬਲਕਿ ਸਾਫ ਬੁਰਾ ਹੋਣਾ ਸੀ ਪੁੱਛ ਕੇ ਨਾ ਮੌਲਾ ਮੁਸੱਲੇ ਤੇ ਆ ਗਏ ਨਮਾਜ਼ ਸ਼ੁਰੂ ਹੋ ਗਈ ਇੱਕ ਰਕਾਤ ਪੜ ਲਈ ਨੇ ਤੇ ਇੱਕ ਉਹਦਾ ਪਹਿਲਾ ਸਜਦਾ ਦੇ ਕੇ ਐਨ ਮੌਲਾ ਸਰ ਚਾਏ ਫਿਰ ਹੈਰਤ ਨੇ ਦੋ ਹੱਥਾਂ ਨਾਲ ਸਰਾ
ਐਦੋਂ ਖੂਹ ਨਿਕਲਦਾ ਬਹੁਤ ਸਾਫ ਕਰਦਾ, ਐਦੋਂ ਖੂਹ ਨਿਕਲਦਾ ਤੀਆਂ ਸਾਫ ਕਰਦਾ। ਔਖਾ ਪਾਸਾ ਫਤਿਹ ਮੌਲਾ ਜੀ ਨੇ ਪੁੱਤਰਾਂ ਦੀ ਕਤਾਰ ਵਿੱਚ ਦਿੱਤੀ। ਚਿਹਰਾ ਵੇਖ ਕੇ ਦਿੰਦੇ ਨਾਲ ਮੈਂ ਜਾ ਰਿਹਾ ਨਾਲ ਦਾ ਤੇ ਮੇਰੀ ਗੱਲ ਯਾਦ ਰੱਖਿਆ ਤੁਹਾਡਾ ਕੁਝ ਬੱਚੇ ਨਾ ਬੱਚੇ ਅੱਲਾਹ ਦਾ ਦੀਨ ਪੜ੍ਹਦਾ। ਤੁਹਾਡੇ ਚਿਹਰੇ ਪਰ ਸਾਹਮਣਾ ਕਰਕੇ ਫਰਮਾਇਆ ਤੁਹਾਡਾ ਕੁਝ ਬੱਚੇ ਨਾ ਬੱਚੇ ਅੱਲਾਹ ਦਾ ਦੀਨ ਪੜ੍ਹਦਾ ਹੈ। ਜਿਹੜੇ ਮੌਲਾ ਕਹਿੰਦਾ ਤੁਹਾਡਾ ਕੋਈ ਬੱਚੇ ਨਾ ਬੱਚੇ ਅੱਲਾਹ ਦਾ ਦੀਨ ਪੜ੍ਹਦਾ ਹੈ। ਇਮਾਮ ਹੁਸੈਨ ਖੜੇ ਹੋ ਗਏ ਅੱਖੀ ਮਸਤੀਆਂ ਐਂ ਹੱਥ ਪਾ ਕੇ ਬਾਬਾ 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 ਬਾਰ ਬਾਰ ਨਾ ਬਾਬਾ ਤੁਹਾਡਾ ਸਰ ਦਰਸ਼ਨੀ ਹੈ ਸਹਿਰ ਸਾਰੇ ਜਿਸ ਵਿੱਚ ਫੈਲ ਗਿਆ ਬਾਬਾ ਤੁਹਾਨੂੰ ਬੋਲਣੇ ਤਕਲੀਫ ਹੋ ਰਹੀ ਹੈ ਬਾਬਾ ਬਾਰ ਬਾਰ ਨਾ ਕਹੋ ਮੈਂ ਹੁਸੈਨ ਵਾਦਾ ਕਰਦਾ ਬਾਬਾ ਮੈਂ ਹੁਸੈਨ ਬਾਬਾ ਮੈਂ ਹੁਸੈਨ ਵਾਦਾ ਕਰਦਾ ਨਜਫ ਤੋਂ ਕਰਬਲਾ ਦੂਰ ਨਹੀਂ ਹੋਣਾ ਕਰਬਲਾ ਲੱਗੇ ਹੋਇਆ ਹੈ ਅੱਖੀ ਨਾਲ ਵੇਖ ਲਗਾ ਮੈਂ ਛੋਟੀ ਛਾਂ ਛੋਟੀ ਮੈਂ ਜਿਰਾਵਾਂ ਦੀ ਕਿਤਾਬ ਦੇ ਸਾਹ ਮੈਂ ਮੇਰੀਆਂ ਸੁਰਖਾਂ ਚੋਂ ਸੀ ਕਦਮ ਤੇ ਮੇਰੀ ਭੈਣ ਹੋ ਸੀ ਸਭ ਦੇ ਕਦਮ ਤੇ ਮੇਰੀ ਧੀ ਹੋ ਸੀ ਮੇਰੇ
ਹੀ ਕਾਤਲ ਦੀਆਂ ਮਿਲਦਾ ਪਿਆ ਸੀ ਸਾਰੇ ਸਰਬਾਂ ਮਰੇ ਸੀ ਮੈਂ ਪਰਸਾਂ ਸੁਭਾਨ
Oh,